बीते कल लंबी हेक लाने वाली पंजाबी गायिका गुरमीत बाबा इस फानी दुनिया को अलविदा कह गए, जिन्हों का अज अंतिम संस्कार किया जाएगा। इस खबर तो बाद पूरी संगीत इंडस्ट्री दे विच सोग की लहर दौड़ गई। परिवारक मैंबर का रू रू के बुरा हाल है। गुरमीत बाबा की निक्की धी ने सब कुछ बयान किया कि किमें बाबा गुरमीत बीमार हुए, किमें उन्होंने आखिरी बोल सी ते की ओ कहंदे सी। तुहानूं आओ सुनवा दिंदे आ किमें उन्होंने दर्द भरी आवाज़ दे विच अखां नम कर अपनी माँ नूं याद किया ते नाल ही उन्हां बारे दस्या। चार पाँच दिन तो शिकायत कर रहे थे कि उन्होंने लत्तां च पेन हो रही है जी। ते मैं उस तो बाद मैं डॉक्टर्स नूं दिखाया, ओह कहंदे उन्होंने दवाई दित्ती, दवाई नाल भी फर्क नहीं पिया ते कहंदे हॉस्पिटल लै जाओ। बस हॉस्पिटल लेके गए थे कहंदे कितनी एज हो चुकी थी उनको? 77 सर। ता कितने दिन तो लगातार इस तरह की परेशानी जड़ी बीमारी के नाल? वैसे तो हेल्थ तो उन्होंने बहुत ज़्यादा डाउन हो गई सी इस साल तो ही। और हाँ जी, एक घाटा पै गया पूरे पंजाब नूं, बड़ा वड्डी गल है कि वो गायकी कोई भी नहीं गा सकता जिहड़ी गायकी उन्हां वल्लों कीती जांदी सी। हुण किस तरीके दे नाल आपां सुनेहा देना चाहते हैं? सुनेहा वही है कि वो जो सुनेहा दे के गए ने उन्होंने संभालो, उन्होंने वो हर घर घर होका देंदे सी अपने पंजाब नूं बचा लो, अपने पंजाबी विरसे नूं बचा लो। जो कह गए ने हुण उन्होंने लीहां ते तुरो, इहो ही उन्होंने उन्होंने सच्ची श्रद्धांजलि होगी। ਕਿਹੜੇ ਨਾਮ ਉਹਨਾਂ ਦੇ ਨਾਮ ਦੇ ਨਾਲ ਜੁੜੇ ਸੀ ਜਿਹੜੇ ਕਿ ਲੋਕ ਜਾਣਦੇ ਸੀ? ਉਹਨਾਂ ਨੂੰ ਲੰਮੀ ਹੇਕ ਦੀ ਮਲਿਕਾ ਸੁਰਾ, ਪੰਜਾਬ ਦੀ ਮਾਂ, ਪੰਜਾਬ ਦੀ ਕੋਇਲ, ਪੰਜਾਬ ਦੇ ਲੋਕ ਗੀਤਾਂ ਦੀ ਰਾਣੀ, ਇਸ ਤਰ੍ਹਾਂ ਦੇ ਬਹੁਤ ਸਾਰੇ ਅਵਾਰਡ ਸੀ। ਲੱਗਦਾ ਕਿ ਪਹਿਲਾਂ ਇਸ ਕਰਕੇ ਉਹਨਾਂ ਦੇ ਜ਼ਿਆਦਾ ਢਿੱਲੇ ਹੋਏ ਜਦੋਂ ਉਹਨਾਂ ਦੀ ਵੱਡੀ ਬੇਟੀ ਜਿਹੜੀ ਹੈਗੀ ਆ ਉਹਨਾਂ ਦੀ? ਹਾਂਜੀ, ਉਸ ਤੋਂ ਬਾਅਦ ਉਹਨਾਂ ਦੀ ਹੈਲਥ ਨਹੀਂ ਠੀਕ ਹੋਈ ਵੱਡੀ ਬੇਟੀ ਦੀ ਡੈਥ ਤੋਂ ਬਾਅਦ। ਉਸ ਤੋਂ ਬਾਅਦ ਨਹੀਂ ਹੋਇਆ ਕੁਛ ਕਰਨਾ? ਪੰਜਾਬੀ ਇੰਡਸਟਰੀ ਬਾਰੇ ਕੀ ਕਹਿਣਾ ਚਾਹੋਗੇ ਜੀ? ਹਾਲੇ ਤੱਕ ਕੋਈ ਉਹਨਾਂ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਜੀ? ਕੋਈ ਵੀ ਕਲਾਕਾਰ ਕੋਈ ਆ ਜੀ? ਹਾਂਜੀ, ਮੇਰੇ ਨਾਲ ਜਸਵੀਰ ਜੀ ਸਿੰਘ ਦੀ ਗੱਲ ਹੋਈ ਹੈ, ਸਤਿੰਦਰ ਸੱਤੀ ਦੀ ਗੱਲ ਹੋਈ ਹੈ, ਸਾਰੇ ਦੁੱਖ 'ਚ ਨੇ ਜੀ। ਕਿੰਨੇ ਵਜੇ ਦੇ ਕਿਸ ਮੌਤ ਕਿੰਨੇ ਵਜੇ ਉਹਨਾਂ ਦੀ ਹੋਈ ਹੈ? ਅੱਜ ਸਵੇਰੇ ਹੋਈ ਹੈ ਜੀ। ਅੱਜ ਸਵੇਰੇ ਹਸਪਤਾਲ ਦੇ ਵਿੱਚ? ਹਾਂਜੀ, ਹਸਪਤਾਲ। ਜਦੋਂ ਕਿਸੇ ਦਾ ਜੀਵਨ ਸਾਥੀ ਉਸਨੂੰ ਛੱਡ ਕੇ ਚਲਾ ਜਾਂਦਾ ਤਾਂ ਉਸਦੇ ਲਈ ਦੁਨੀਆ ਦੁਨੀਆ ਨਹੀਂ ਰਹਿੰਦੀ, ਕਿਉਂਕਿ ਇੱਕ ਦੂਜੇ ਦਾ ਸਾਥ ਨਿਭਾਉਣ ਵਾਲੇ ਜੀਵਨ ਸਾਥੀ ਹੀ ਇੱਕ ਦੂਜੇ ਦੀ ਦੁਨੀਆ ਹੁੰਦੇ ਨੇ। ਗੁਰਮੀਤ ਬਾਬਾ ਦੇ ਪਤੀ ਨੇ ਵੀ ਇਸ ਮੌਕੇ ਦੁੱਖ ਜ਼ਾਹਿਰ ਕੀਤਾ। ਕੀ ਕਹਿੰਦੇ ਨੇ ਉਹ, ਆਓ ਤੁਹਾਨੂੰ ਦਿਖਾਉਂਦੇ ਹਾਂ। ਮਾਂ ਕਿੱਥੇ ਚਲੀ ਗਈ ਅੰਕਲ ਜੀ? ਦੀ ਗੁਰਮੀਤ ਬਾਬਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪੰਜਾਬੀ ਲੋਕ ਗਾਇਕੀ ਦੇ ਵਿੱਚ 45 ਸੈਕਿੰਡ ਦੀ ਹੇਕ ਲਗਾਉਣ ਦਾ ਰਿਕਾਰਡ ਉਹਨਾਂ ਦੇ ਨਾਂ ਅਤੇ ਕਈ ਰਾਸ਼ਟਰੀ ਅੰਤਰਰਾਸ਼ਟਰੀ ਮਾਨ ਸਨਮਾਨ ਉਹਨਾਂ ਨੂੰ ਮਿਲ ਚੁੱਕੇ ਸਨ। ਗੁਰਮੀਤ ਬਾਬਾ ਦੇ ਇਸ ਦਿੱਬੀ ਵਿਛੋੜੇ ਦੇ ਜਾਣ ਨਾਲ ਸੰਗੀਤ ਅਤੇ ਸਾਹਿਤਕ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬਿਊਰੋ ਰਿਪੋਰਟ, ਰੰਗਲਾ ਟੀਵੀ।